ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਯੂਨੀਵਰਸਿਟੀ ਦੇ ਇਲੈਕਸ਼ਨ ਦੀ ਅਸੀਂ ਨਵੀਂ ਤਾਜ਼ਾ ਅਪਡੇਟ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਦੋਸਤੋ। ਪ੍ਰੈਜ਼ੀਡੈਂਟ ਦੀ ਦੌੜ ਦੇ ਵਿੱਚ ਇੱਕ ਵਾਰ ਫਿਰ ਤੋਂ SFS ਪਾਰਟੀ ਹੈ ਜਿਹੜੀ ਉਹ ਲੀਡ ਕਰ ਰਹੀ ਹੈ। ਉਹਨਾਂ ਦੀ ਕੈਂਡੀਡੇਟ ਪ੍ਰਿਆ 1335 ਵੋਟਾਂ ਨਾਲ ਅੱਗੇ ਚੱਲ ਰਹੀ ਹੈ। ਇਸ ਦੇ ਵਿੱਚ ਦੂਸਰੇ ਨੰਬਰ 'ਤੇ SOI ਪਾਰਟੀ 1321 ਵੋਟਾਂ ਨਾਲ ਅੱਗੇ ਚੱਲ ਰਹੀ ਹੈ ਅਤੇ ਇਹਨਾਂ ਦਾ ਸਿਰਫ 14 ਵੋਟਾਂ ਦਾ ਅੰਤਰ ਹੈ। ਹੁਣ ਜੇਕਰ ਅਸੀਂ ਵਾਈਸ ਪ੍ਰੈਜ਼ੀਡੈਂਟ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਬਹੁਤ ਹੀ ਵੱਡਾ ਸਾਨੂੰ ਅੰਤਰ ਦੇਖਣ ਨੂੰ ਨਜ਼ਰ ਆ ਰਿਹਾ ਹੈ। 1809 ਵੋਟਾਂ ਨਾਲ NSUI ਦੇ ਰਾਹੁਲ ਕੁਮਾਰ ਲੀਡ ਕਰਦੇ ਨਜ਼ਰ ਆ ਰਹੇ ਨੇ ਅਤੇ ਜਦਕਿ ਦੂਸਰੇ ਨੰਬਰ 'ਤੇ ABB ਪਾਰਟੀ ਸਿਰਫ 904 ਵੋਟਾਂ 'ਤੇ ਹੀ ਹੈ ਅਤੇ ਇਸ ਵਿੱਚ NSUI ਪਾਰਟੀ ਵਾਈਸ ਪ੍ਰੈਜ਼ੀਡੈਂਟ ਨੂੰ ਜਿੱਤਦੀ ਨਜ਼ਰ ਆ ਰਹੀ ਹੈ। ਅਸੀਂ ਇਸ ਸੰਬੰਧੀ ਤੁਹਾਨੂੰ ਪਲ ਪਲ ਦੀ ਜਾਣਕਾਰੀ ਦਿੰਦੇ ਰਹਾਂਗੇ। ਤਦ ਤੱਕ ਲਈ ਸਾਡੇ ਨਾਲ ਜੁੜੇ ਰਹੋ kingsmedia.com।